ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰ ਰਹੇ ਹਾਂ ਸਭ ਲੋਕ ਠੀਕ ਠਾਕ ਹੋਣਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਆਪਾਂ ਨੂੰ ਦੀਵਾਲੀ ਤੋਹਫ਼ਾ ਮਿਲਿਆ ਹੈ ਹਾਲਾਂਕਿ ਚਾਹ ਪੋਸਟਾਂ ਘਟ ਨੇ ਪਰ ਫਿਲਹਾਲ ਪੋਸਟਾਂ ਆਊਟ ਤਾਂ ਹੋਈਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਸਾਡੇ ਸਾਹਮਣੇ ਆਉਣਗੀਆਂ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਵੀ ਆਖਰ ਇਹਦਾ ਸਿਲੈਕਸ਼ਨ ਪ੍ਰੋਸੈਸ ਕੀ ਕੁਝ ਹੋਏਗਾ ਬਹੁਤ ਸਾਰੇ ਸਟੂਡੈਂਟਸ ਕੰਟੀਨਿਊ ਮੈਸੇजेस ਕਰ ਰਹੇ ਹੈ ਕਿ ਬਹੁਤ ਘੱਟ ਪੋਸਟਾਂ ਨੇ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਆਪਣੇ ਚਾਹ ਪੀਸੀਐਸ ਆਫੀਸਰ ਗ੍ਰੇਡ ਦੀਆਂ ਪੋਸਟਾਂ ਹੈ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ 50 60 65 ਕਿਸੇ ਇੱਥੇਕ ਰਹਿੰਦੀ ਹੈ ਬਲਕਿ ਦੇ ਵਿੱਚ ਪੋਸਟਾਂ ਕਲੈਰੀਕਲ ਲੈਵਲ ਦੀਆਂ ਹੁੰਦੀਆਂ ਜਿਹੜਾ ਗਰੁੱਪ ਸੀ ਦੇ ਵਿੱਚ ਹੁੰਦੀਆਂ ਪਰ ਫਿਲਹਾਲ ਆਖਰ ਸਾਡੇ ਤਾਂ ਇਹਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਸਿਲਸਿਲਾ 1 ਬਾਈ 1 ਤਰੀਕੇ ਨਾਲ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਡਿਸਕ੍ਰਿਪਸ਼ਨ ਬਾਕਸ ਵੀ ਦਿੱਤੇ ਗਏ ਇੰਸਟਾਗ੍ਰam ਟੈਲੀਗ੍ਰam ਵਟਸਐਪ ਤੇ ਕਲਿੱਕ ਕਰਕੇ ਜੁੜ ਜਾਓ ਤਾਂ ਕਿ ਤੁਹਾਡੇ ਤੱਕ ਸਹੀ ਔਰ ਪੁਖਤਾ ਔਰ ਸਹੀ ਇਕਦਮ ਫੈਕਚੁਅਲ ਨਿਊਜ਼ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਦੋਸਤੋ ਇਹਦੇ ਨਾਲ ਨਾਲ ਪੰਜਾਬ ਦੇ ਜਿੰਨੇ ਵੀ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਬਹੁਤ ਸਾਰੇ ਸਟੂਡੈਂਟਸ बार-बार ਇਹ ਮੈਸੇजेस ਕਰਕੇ ਫੋਨ ਕਰਕੇ ਪੁੱਛਦੇ ਆ ਕਿ ਸਾਨੂੰ ਆਫਲਾਈਨ ਜੁਆਇਨ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਤੁਹਾਡੀ ਮਰਜ਼ੀ ਹੈ ਬਟ ਗਿਲਜ ਮੈਂਟਰ ਤੁਹਾਨੂੰ ਬੈਸਟ ਫੈਕਿਲਿਟੀ ਤੋਂ ਸ ਮੰਬਰ ਤੋਂ ਸ਼ੁਰੂ ਕਰ ਰਹੇ ਹਾਂ ਔਰ ਅਸੀਂ ਉਹ ਬੈਚ ਲਾਂਚ ਕਰਤਾ ਹੈ ਤੁਸੀਂ ਜਾ ਕੇ ਸਾਡੀ ਐਪ ਵਿੱਚ ਇਨਰੋਲ ਕਰ ਸਕਦੇ ਹੋ ਸਾਡੇ ਬੈਚ ਨੂੰ ਕਿਉਂ ਕਰਨਾ ਪਏਗਾ ਸਾਡੀ ਜੋ ਤਰੀਕਾ ਹੋਏਗਾ ਆਫਲਾਈਨ ਨਾਲੋਂ ਕਿਤੇ ਬਿਹਤਰ ਹੋਏਗਾ ਜਿਹਦੇ ਵਿੱਚ ਅਸੀਂ ਕਿ ਡੇਲੀ ਰੁਟੀਨ 'ਚ ਤੁਹਾਨੂੰ ਕਲਾਸਿਸ ਦੇਵਾਂਗੇ ਸੇਮ ਕਲਾਸਿਸ ਦਾ ਵਰਕਸ਼ੀਟ ਮਿਲੇਗੀ ਵਰਕਸ਼ੀਟ ਤੋਂ ਬਾਅਦ ਤੁਹਾਨੂੰ ਸੇਮ ਟੌਪਿਕ ਦਾ ਤੁਹਾਡਾ ਟੈਸਟ ਹੋਏਗਾ ਟੈਸਟ ਦੀ ਰਿੰਕ ਬਣੇਗੀ ਰਿੰਕ ਬਣ ਕੇ ਤੁਹਾਨੂੰ ਪੂਰੇ ਟੈਸਟ ਦਾ ਸੋਲੂਸ਼ਨ ਦੇਵਾਂਗੇ ਸੋਲੂਸ਼ਨ ਕਰਨ ਤੋਂ ਬਾਅਦ ਪੂਰਾ ਦਾ ਪੀਡੀਐਫ ਮਿਲੇਗਾ ਉਹਨੂੰ ਤੁਸੀਂ ਰਿਵੀਜ਼ਨ ਕਰ ਸਕਦੇ ਹੋ ਬੁੱਕਸ ਤੁਹਾਨੂੰ ਬਿਲਕੁਲ ਅੱਛੇ ਲੈਵਲ ਦੀਆਂ ਫ੍ਰੀ ਮਿਲਣਗੀਆਂ ਗਿਲਜ਼ ਮੈਂਟਰ ਦੀਆਂ ਕੰਟੈਂਟ ਮਾਰਕੀਟ ਚ ਆਉਣ ਵਾਲਾ ਵਾ ਉਸ ਤੋਂ ਪਹਿਲਾਂ ਤੁਹਾਨੂੰ ਅਵੇਲੇਬਲ ਕਰਾਵਾਂਗੇ ਲਗਭਗ ਇਹਦੇ 50 ਟੌਪ ਲੈਵਲ ਦੇ ਟੈਸਟ ਬਣਾਵਾਂਗੇ ਟੈਸਟ ਦਾ ਪ੍ਰੋਪਰ ਸੋਲੂਸ਼ਨ ਕਰਾਏ ਕਰਾਂਗੇ ਇੱਕ ਇੱਕ ਚੀਜ਼ ਤੁਹਾਨੂੰ ਕਿਸੇ ਵੀ ਸਟੂਡੈਂਟਸ ਨੂੰ ਟੌਪਿਕ ਚ ਦਿੱਕਤ ਹੈ ਪੂਰਾ ਦਾ ਪੂਰਾ ਚੈਪਟਰ ਦੁਆਰੇ ਕਰਾਵਾਂਗੇ ਚਾ ਦੋ ਦਿਨ ਲੱਗਣ ਤਿੰਨ ਦਿਨ ਲੱਗਣ ਇਸ ਤਰੀਕੇ ਇਹ ਸਾਡੇ ਬੈਚ ਦੀ ਖਾਸੀਅਤ ਹੈ ਸਿਰਫ ਇੱਕ ਕਦਮ ਦੂਰੋਂ ਤੁਸੀਂ ਤੁਹਾਡੀ ਕਾਮਯਾਬੀ ਤੋਂ ਹੁਣੇ ਜਾ ਕੇ ਜੁਆਇਨ ਕਰ ਲਓ ਔਰ ਇਹ ਸਭ ਤੋਂ ਸੋਨਾ ਔਰ ਪ੍ਰੀਸ਼ੀਅਸ ਮੌਕਾ ਆ ਰਜਿਸਟ੍ਰੇਸ਼ਨ ਪ੍ਰੋਸੈਸ ਦੀ ਗੱਲ ਕਰਦੇ ਹਾਂ 16 ਨਵੰਬਰ ਤੋਂ ਸ਼ੁਰੂ ਹੋ ਕੇ 7 12 ਤੱਕ ਪਹੁੰਚੇਗਾ ਸ਼ਾਮ 7 ਵਜੇ ਤੱਕ ਤੁਸੀਂ 5 ਵਜੇ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹੋ ਫੀਸ ਭਰਨ ਦੀ ਅਖੀਰਲੀ ਮਿਤੀ ਤੁਹਾਡੀ 10 ਦਸੰਬਰ ਰਹੇਗੀ ਤੇ ਇਹਦੇ ਵਿੱਚ ਕੀ ਕੁਝ ਨੇ ਲਗਭਗ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਇੰਪੋਰਟੈਂਟ ਅਪਡੇਟਸ ਦੇ ਰੱਖਿਆ ਕਿ ਟੋਟਲ ਸਾਡੇ ਕੋਲ 46 ਅਸਾਮੀਆਂ ਨੇ ਠੀਕ ਹੈ ਔਰ ਇਹਦੇ ਵਿੱਚ ਯੋਗਤਾ ਦੀ ਗੱਲ ਕਰਦੇ ਹਾਂ ਤਾਂ ਇਹ ਅਸਿਸਟੈਂਟ ਯਾਨੀ ਸੁਪਰੀਡੈਂਡੈਂਟ ਹੈ ਵੈਲਫੇਅਰ ਆਫੀਸਰ ਐਂਡ ਪ੍ਰੋਬੇਸ਼ਨ ਆਫੀਸਰ ਮੇਲ ਫੀਮੇਲ ਦੇ ਸਬੰਧ ਵਿੱਚ ਨੇ ਡਿਗਰੀ ਆਰਟਸ ਸਾਇੰਸ ਐਗਰੀਕਲਚਰ ਕਮਰਸ ਕੋਈ ਵੀ ਕਰ ਰੱਖਿਆ ਤੁਸੀਂ ਐਲੀਜੀਬਲ ਹੋ ਠੀਕ ਹੈ ਔਰ ਇਹਦੇ ਵਿੱਚ ਕਿਸੇ ਵੀ ਕੈਂਡੀਡੇਟ ਨੂੰ ਡਾਇਰੈਕਟ ਅਪੁਆਇੰਟਮੈਂਟ ਨਹੀਂ ਦਿੱਤਾ ਜਾਏਗਾ ਸਭ ਤੋਂ ਪਹਿਲ ਦੂਜੀ ਗੱਲ ਇਹਦੇ ਵਿੱਚ ਦੇ ਰੱਖਿਆ ਕਿ ਫਿਜ਼ੀਕਲ ਜੋ ਮੇਜਰਮੈਂਟ ਹੋਏਗਾ ਟੈਸਟ ਪੀਐਮਟੀ ਹੋਗੀ 5 ਫੁੱਟ 7 ਇੰਚ ਹੈ 5 ਫੁੱਟ 5 ਇੰਚ ਇਨ ਦਾ ਕੇਸ ਆਫ ਅਗਰ ਮਤਲਬ ਡੋਗਰਾ ਜਾਂ ਗੋਰਖਾ ਜਾਂ ਉਹਨਾਂ ਦੇ ਲਈ ਹੋਏਗਾ ਅਦਰਵਾਈਜ਼ 5 ਫੁੱਟ 7 ਇੰਚ ਹੈ ਛਾਤੀ ਦੀ ਗੱਲ ਕਰਦੇ ਹਾਂ 33 ਇੰਚ ਹੋਏਗੀ ਤੁਹਾਡੀ ਬਿਨਾ ਫਲਾਏ ਤੋਂ ਔਰ 34.5 ਹੋਏਗੀ ਤੁਹਾਡੀ ਐਕਸਪੈਂਡ ਕਰਨ ਤੋਂ ਕਿ ਛਾਤੀ ਫੁਲਾਉਣੀ ਹੈ ਫਿਜ਼ੀਕਲ ਮੈਜ਼ਰਮੈਂਟ ਟੈਸਟ ਪੀਐਮਟੀ ਫਾਰ ਦਾ ਫੀਮੇਲ ਹੋਏਗਾ 5 ਫੁੱਟ 3 ਇੰਚ ਹੈ ਤੇ ਉਹਨਾਂ ਦਾ ਹਾਈਟ ਹੋਏ ਬਲਕਿ ਵੇਟ ਹੋਏਗਾ 150 ਯਾਨੀ 50 ਕਿਲੋ ਔਰ 110 ਲਬੀਐਸ ਹੋਏਗਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਟੂ ਬੀ ਟੇਕਨ ਟੂ ਦਾ ਬੈਂਚਮਾਰਕ ਆਫ ਦਾ ਮੈਕਸਿਮਮ ਮਿਨਿਮਮ ਸਟੈਂਡਰਡ ਤੇ ਲੈਵਲ ਤੇ ਹੋਏਗਾ ਇਸ ਤੋਂ ਬਾਅਦ ਗੱਲ ਕਰਦੇ ਆ ਕਿ ਕੈਟੇਗਰੀਜ਼ ਦੀ ਜੇ ਗੱਲ ਕਰਦੇ ਆ 46 ਪੋਸਟਾਂ ਨੂੰ ਕਿਵੇਂ-ਕਿਵੇਂ ਵੰਡਿਆ ਗਿਆ ਉਹਦੀ ਜੀ 33% ਰਿਜ਼ਰਵੇਸ਼ਨ ਫਾਰ ਦਾ ਫੀਮੇਲ ਫਿਕਸ ਕਰ ਦਿੱਤਾ ਗਿਆ ਹੈ ਠੀਕ ਹੈ ਇਹ ਜਾਣਕਾਰੀ ਵੀ ਤੁਹਾਨੂੰ ਦੱਸਣਾ ਚਾਹਣਾ ਹੈ ਜਨਰਲ ਦੇ ਵਿੱਚ ਗੱਲ ਕਰਦੇ ਆ ਕਿ ਇਹਨਾਂ ਨੇ ਦੱਸ ਰੱਖਿਆ ਵੀ ਜਨਰਲ ਦੇ ਵਿੱਚ ਟੋਟਲ 19 ਪੋਸਟਾਂ ਨੇ ਔਰ ਜਿਹਦੇ ਵਿੱਚ ਫੀਮੇਲ ਦੀਆਂ ਪੋਸਟਾਂ 6 ਰਹਿਣਗੀਆਂ ਈਡਬਲਿਊਐਸ ਦੀਆਂ 5 ਪੋਸਟਾਂ 2 ਪੋਸਟਾਂ ਐਸਸੀ ਯਾਨੀ ਸ਼ੈਡਿਊਲ ਕਾਸਟ ਜਿਹਦੇ 9 ਪੋਸਟਾਂ ਨੇ 5 ਪੋਸਟਾਂ ਮਜਬੀ ਸਿੱਖ ਦੀਆਂ ਹੈ ਤੇ 5 ਪੋਸਟਾਂ ਆਰੋ ਦੀਆਂ ਜਿਦੇ ਚ 2 ਪੋਸਟਾਂ ਫੀਮੇਲ ਤੇ 1 ਪੋਸਟ ਅਦਰ ਦੇ ਵਿੱਚ ਰਹੇਗੀ ਅ ਸ਼ੈਡਿਊਲ ਸਪੋਰਟਸ ਪਰਸਨ ਦੀ 1 ਪੋਸਟ ਜਨਰਲ ਚ ਰਹੇਗੀ ਪਲੱਸ ਸ਼ੈਡਿਊਲ ਕੈਟਾਗਰੀ ਐਕਸ ਸਰਵਿਸਮੈਨ ਦੀਆਂ 2 ਪੋਸਟਾਂ ਰਹਿਣਗੀਆਂ ਬੀਸੀ ਦੀਆਂ 5 ਪੋਸਟਾਂ ਰਹਿਣਗੀਆਂ ਬੀਸੀ ਐਕਸ ਸਰਵਿਸਮੈਨ ਦੀ 1 ਪੋਸਟ ਰਹੇਗੀ ਐਕਸ ਸਰਵਿਸਮੈਨ ਦੀਆਂ 3 ਪੋਸਟਾਂ ਫਰੀडम फाइਟਰ ਦੀ 1 ਪੋਸਟ ਹੈ ਟੋਟਲ 46 ਸਾਮੀਆਂ ਰਹਿਣਗੀਆਂ ਕੈਟਾਗਰੀਜ਼ ਕੋਡ ਤੁਹਾਨੂੰ ਦੇ ਰੱਖਿਆ ਇਸ ਤੋਂ ਬਾਅਦ ਗੱਲ ਕਰਦੇ ਆ ਨੰਬਰ 1 ਅਗਲੇ ਤੇ ਪਹੁੰਚਦੇ ਆ ਕਿ ਸਾਨੂੰ ਹੋਰ ਉਮਰ ਦੀ ਗੱਲ ਕਰਦੇ ਆ ਤਾਂ ਉਮਰ ਦੀ ਜਿਹੜੀ ਹੈ ਇਹਨਾਂ ਨੇ ਮੈਂ ਕਹਿ ਸਕਦਾ ਕਿ ਇਹ ਬਿਲਕੁਲ ਵੀ ਅੱਛਾ ਨਹੀਂ ਹੈ ਯਾਨੀ ਜਦੋਂ ਸਾਡੇ ਸੀਐਮ ਸਾਹਿਬ ਖੁਦ ਇਹ ਚੰਗ ਗੱਲ ਕਹਿ ਰਹੇ ਆ ਕਿ ਪੁਲਿਸ ਦੇ ਵਿੱਚ ਚਾਹ ਡੀਐਸਪੀ ਪੋਸਟ ਹੈ ਪੁਲਿਸ ਯਾਨੀ ਕਟੋ-ਕਟ ਵੀ ਲਾਉਣਨ ਆਰਡਰ ਦੇ ਸਬੰਧ ਵਿੱਚ ਜਿਹੜੀ ਵੀ ਭਰਤੀ ਉਹਦੇ ਲਈ 32 ਸਾਲ ਦੀ ਉਹਨਾਂ ਨੇ ਖੁਦ ਗੱਲ ਕਹੀ ਸੀਗੀ ਪਰ ਹੁਣ ਇਹਨਾਂ ਨੇ ਕੀ ਕਿਹਾ 27 ਸਾਲ ਤੱਕ ਹੋਏਗੀ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉੱਪਰਲੀ ਉਮਰ ਦੀਆਂ ਜਿਹੜੀਆਂ ਉਮੀਦਾਂ ਨੇ ਉਹ 27 ਸਾਲ ਤੱਕ ਹੋਣਗੀਆਂ ਇਹਦਾ ਮਤਲਬ ਹੈ ਇਹ ਗੱਲ ਬਿਲਕੁਲ ਵੀ ਆਪਣੇ ਫੇਵਰ ਦੇ ਵਿੱਚ ਨਹੀਂ ਹੈ ਠੀਕ ਹੈ ਹਾਂ ਪਰ ਇਹਦੇ ਚਾਹ ਕਿ ਪੰਜਾਬ ਰਾਜ ਦੇ ਜਿਵੇਂ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਨੇ ਉਹ 32 ਸਾਲ ਤੱਕ ਆਪਣਾ ਫਾਰਮ ਭਰ ਸਕਦੇ ਨੇ ਤਾਂ ਇਸ ਤੋਂ ਇਲਾਵਾ ਅੱਗੇ ਹੋਰ ਜਿਹੜੀਆਂ ਹਦਾਇਤਾਂ ਦੇ ਰੱਖੀਆਂ ਉਹਦੀ ਜਾਣਕਾਰੀ ਵੀ ਤੁਸੀਂ ਦੇਖ ਸਕਦੇ ਹੋ ਜਨਰਲ ਕੈਟਾਗਰੀ ਦੇ ਲਈ 1000 ਰੁਪਏ ਫਾਰਮ ਫੀਸ ਹੋਏਗੀ ਐਸਸੀ ਬੀਸੀ ਦੇ ਲਈ 250 ਰੁਪਏ ਫੀਸ ਹੋਏਗੀ ਸਾਬਕਾ ਫੌਜੀ ਨੂੰ 200 ਰੁਪਏ ਫੀਸ ਪਰ ਨਹੀਂ ਹੋਏਗੀ ਰਿਜ਼ਰਵੇਸ਼ਨ ਦੇ ਸਬੰਧ ਦੇ ਵਿੱਚ ਇੰਪੋਰਟੈਂਟ ਜਾਣਕਾਰੀ ਦੇ ਰੱਖੀ ਹੈ ਜੋ ਐਸ ਪਰ ਪ੍ਰੀਵੀਅਸ ਈਅਰ ਦੇ ਸੈਸ਼ਨ ਦੇ ਮੁਤਾਬਿਕ ਹੋਏਗੀ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਰਿਹਾ ਸੀਗਾ ਚੋਣ ਵਿਧੀ ਹੋਏਗੀ ਆਬਜੈਕਟਿਵ ਟਾਈਪ ਪੇਪਰ ਹੋਏ ਜੋ ਕਿ ਸਫਲਤਾ ਪੂਰਕ ਬਿਨੇ ਕਰਨ ਵਾਲੇ ਉਮੀਦਵਾਰਾਂ ਦੀ ਓਬਜੈਕਟਿਵਟਾਈਵ ਲਿਖਤ ਹੈਬ ਲਿਖੀ ਲਿਖਤੀ ਪ੍ਰੀਖਿਆ ਲਈ ਜਾਏਗੀ ਲਿਖਤੀ ਪ੍ਰਕਿਰਿਆ ਦਾ ਜੋ ਕਿ ਲਗਭਗ ਸੰਭਵਤ ਸਿਲੇਬਸ ਹੈ ਉਹ ਵੀ ਸਾਨੂੰ ਦੇ ਰੱਖਿਆ ਐਨਐਕਸਰ 1 ਦੇ ਵਿੱਚ ਦੇ ਰੱਖਿਆ ਹੈ ਲਿਖਤੀ ਪ੍ਰੀਖਿਆ ਦੇ ਵਿੱਚ 40% ਅੰਕ ਲੈਣੇ ਬਹੁਤ ਜ਼ਰੂਰੀ ਹੈ 40% ਅੰਕਾਂ ਤੋਂ ਥੱਲੇ ਅਗਰ ਤੁਹਾਡੇ ਅੰਕ ਆਉਂਦੇ ਆ ਤਾਂ ਤੁਸੀਂ ਇਸ ਪ੍ਰੀਖਿਆ ਦੇ ਵਿੱਚ ਅੱਗੇ ਨਹੀਂ ਵੱਧ ਸਕੋਗੇ ਮੈਰਿਟ ਸੂਚੀ ਤਿਆਰ ਹੋਣ ਤੋਂ ਬਾਅਦ ਤੁਹਾਡਾ ਪੀਐਮਟੀ ਹੋਏਗਾ ਠੀਕ ਹੈ ਇਹ ਚੀਜ਼ ਕਲੀਅਰ ਹੈ ਕਿ ਪਹਿਲਾਂ ਲਿਖਤੀ ਪੇਪਰ ਹੈ ਮੈਰਿਟ ਸੂਚੀ ਵਿੱਚੋਂ ਕਾਉਂਸਲਿੰਗ ਉਪरांत ਯੋਗ ਪਾਏ ਗਏ ਉਮੀਦਵਾਰਾਂ ਦਾ ਫਿਜ਼ੀਕਲ ਮੈਜ਼ਰਮੈਂਟ ਹੋ ਲਿਆ ਜਾਏਗਾ ਅਤੇ ਉਸ ਦੇ ਆਧਾਰ ਦੇ ਉੱਤੇ ਫਾਈਨਲ ਤੁਹਾਡਾ ਅੱਗੇ ਜੋ ਮੈਰਿਟ ਲਿਸਟ ਬਣੇਗੀ ਹੁਣ ਆਪਾਂ ਗੱਲ ਕਰਦੇ ਹਾਂ ਅਪਲਾਈ ਕਰਨ ਦੀ ਵਿਧੀ ਕੀ ਹੈ ਯਾਨੀ ਪੀਟ੍ਰੀਪਲ ਐਸਵੀ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਜਿੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਤੁਹਾਨੂੰ ਇੱਕ ਇੰਪੋਰਟੈਂਟ ਅਪਡੇਟ ਦੇ ਦੇਣੇ ਕਿ ਸਿਲੇਬਸ ਕੀ ਕੁਝ ਹੋਏਗਾ ਬਾਕੀ ਆਪਾਂ ਪ੍ਰਕਿਰਿਆ ਸਾਰੀ ਸਮਝ ਲਈ ਹੈ ਤੇ ਤੁਹਾਨੂੰ ਲੈ ਕੇ ਚੱਲਦਾ ਹਾਂ ਸਿਲੇਬਸ ਤੇ ਸੈਸ਼ਨ ਸ਼ੇਅਰ ਕਰਦੇ ਚੱਲੋ ਨਾਲ-ਨਾਲ ਦੇਖੋ ਨਾਲ-ਨਾਲ ਸ਼ੇਅਰ ਕਰਨਾ ਸਾਰਿਆਂ ਨੂੰ ਪੁਖਤਾ ਜਾਣਕਾਰੀ ਮਿਲੇਗੀ ਔਰ ਹਾਂ ਅਗਰ ਕਿਸੇ ਵੀ ਕੈਂਡੀਡੇਟ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੁਸੀਂ ਇੱਥੇ ਹੈਲਪ triple s b the rate uh, p u n com com ਤੇ ਸੰਪਰਕ ਕਰ ਸਕਦੇ ਹੋ ਜਾਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਉੱਥੇ ਤੁਹਾਨੂੰ ਬਿਹਤਰੀ ਜਾਣਕਾਰੀ ਮਿਲ ਜਾਏਗੀ ਤੁਹਾਨੂੰ ਸਿਲੇਬਸ ਤੱਕ ਲੈ ਕੇ ਚੱਲਦੇ ਹਾਂ ਹੁਣ ਫਟਾਫਟ ਇਹਨਾਂ ਨੇ ਦਿੱਤਾ ਹੈ ਕਿ ਪਲਾਨ ਆਫ ਰਿਟਨ ਐਗਜ਼ਾਮੀਨੇਸ਼ਨ ਦੀ ਗੱਲ ਹੈ ਰਿਟਨ ਐਗਜ਼ਾਮੀਨੇਸ਼ਨ ਇਹਨਾਂ ਨੇ ਕਿਹਾ ਕਿ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਆ ਜਾਏਗਾ ਇਹ ਮਲਟੀਪਲ ਚੁਆਇਸ ਕੁਸ਼ਚਨ ਹੋਏਗਾ o mr ਸੀਟ ਤੇ ਲਿਆ ਜਾਏਗਾ ਆਫਲਾਈਨ ਪੇਪਰ ਹੋਏਗਾ ਸਿਲੇਬਸ ਤੇ ਦਾ ਪੈਟਰਨ ਕੀ ਹੈ ਦੇਖੋ ਕੁਆਂਟੀਟੀ ਜੋ ਕਿ ਤੁਹਾਡੀ ਐਬਿਲਿਟੀ ਨੰਬਰ ਸਿਸਟਮ ਪ੍ਰੋਫਿਟ ਐਂਡ ਲਾਸ ਕੈਲਕੂਲੇਸ਼ਨ ਇਨ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਟੋਡਾ ਡਿਵੀਜ਼ਿਬਿਲਟੀ ਹੈ ਡਿਵੀਜ਼ਿਬਿਲਟੀ ਤੋਂ ਬਾਅਦ ਦੀ ਜੇ ਗੱਲ ਕਰਦੇ ਆ ਤਾਂ ਸਿੰਪਲੀਫਿਕੇਸ਼ਨ ਹੈ ਪ੍ਰੋਬਲਮ ਠੀਕ ਹੈ ਐਂਡ ਰੇਸ਼ੀਓ ਪਰਸੈਂਟੇਜ ਕੰਪਲੀਟ ਹੀ ਤੁਹਾਡਾ ਕੁਆਂਟ ਆਏਗਾ ਯਾਨੀ ਇਸ ਦੇ ਵਿੱਚ ਤੁਹਾਨੂੰ ਏਰੀਆ ਵੋਲੀਅਮ ਕੰਪਲੀਟ ਸਾਰਾ ਦਾ ਸਾਰਾ ਮੈਥ ਤੁਹਾਨੂੰ ਤਿਆਰ ਕਰਨਾ ਪਏਗਾ 15 ਨੰਬਰ ਦਾ ਇਸ ਤੋਂ ਇਲਾਵਾ ਗੱਲ ਕਰਦੇ ਆ यानी इनफॉरमेस टैक्नोलॉजी एंड साइबर लॉज क्वेश्चन भी आन जिद बेसिक ऑफ कंप्यूटर है वर्किंग ऑन मोबाइल फोनस है परसनल डिजिटल गैजेट्स हो गया वायरलैस टैक्नोलॉजी इंक्लूडिंग थ्री जी फोर जी फाइव जी वाईफाई ब्लूटूथ रेडियो फ्रीकुएंसी सिंगल ठीक है सिगनल दे बे भी संबंधित जानकारी दे रखी है जी पी एस एंड फिंगर प्रिंट्स एनालाइसिस एंड अं ईमेल्स एस एम एस मैसेजस ट्रेकिंग ट्रेसिंग यूज ऑफ सारा आ जाएगा ਰੀਜ਼ਨਿੰਗ 15 ਨੰਬਰ ਦੀ ਹੋਏਗੀ ਕੰਪਲੀਟ ਰੀਜ਼ਨਿੰਗ ਤਿਆਰ ਕਰਨੀ ਹੈ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਦੇ 20 ਕੁਐਸਚਨ ਹੋਣਗੇ ਮਤਲਬ 10-10 ਕੁਐਸਚਨ ਦਾ ਵੇਟੇਜ ਰਹੇਗਾ ਦੋਨਾਂ ਦਾ ਗ੍ਰਾਮਰ ਅੰਗਰੇਜ਼ੀ ਤੇ ਪੰਜਾਬੀ ਦਾ ਸੇਮ ਰਹੇਗਾ ਪਰ ਭਾਸ਼ਾ ਬਸ ਵੱਖਰੀ-ਵੱਖਰੀ ਰਹੇਗੀ ਗੱਲ ਕਰਦੇ ਹਾਂ ਕਿ ਇੰਡੀਅਨ ਤੇ ਪੰਜਾਬ ਦਾ ਜੀਕੇ ਜਿਹੜਾ ਹੋਏਗਾ ਭਾਰਤ ਦਾ ਤੇ ਪੰਜਾਬ ਦਾ ਜੀਕੇ 20 ਨੰਬਰ ਦਾ ਹੋਏਗਾ ਜਿਹਦੇ ਚ ਕੀ ਕਰੰਟ ਅਫੇਅਰ ਹਿਸਟਰੀ ਜੀਓਗ੍ਰਾਫੀ ਠੀਕ ਹੈ ਫਿਜ਼ੀਕਲ ਫੀਚਰਸ ਕਲਾਈਮੇਟ ਡੈਮੋਗ੍ਰਾਫੀ ਸਭ ਕੁਝ ਆਏਗਾ ਠੀਕ ਹੈ ਬੇਸਿਕ ਲਾਜ ਐਂਡ ਕਨਸਟੀਟਿਊਸ਼ਨ ਦਾ 10 ਨੰਬਰ ਆਏਗਾ ਜਿਹਦੇ ਕਿ ਕਨਸਟੀਟਿਊਸ਼ਨ ਐਂਡ ਐਡਮਿਨਿਸਟ੍ਰੇਸ਼ਨ ਲਾਜ ਹੋਏਗਾ ਫੀਚਰ ਹੈ ਐਕਸਪਲੇਨੇਸ਼ਨ ਹੈ ਸਿਟੀਜ਼ਨ ਹੈ ਫੰਡਾਮੈਂਟਲ ਰਾਈਟਸ ਹੈ ਇਹ ਕੰਪਲੀਟ ਤੌਰ ਤੇ ਤੁਹਾਨੂੰ 10 ਨੰਬਰਾਂ ਦਾ ਫਰੇਮ ਹੋਏਗਾ ਇਹ ਪੇਪਰ ਦੇ ਵਿੱਚੋਂ ਜਿਹੜਾ ਬੱਚਾ 40 ਨੰਬਰ ਤੋਂ ਵੱਧ ਲਏਗਾ ਉਸ ਨੂੰ ਫਾਈਨਲ ਅੱਗੇ ਦੀ ਪ੍ਰੋਸੈਸ ਵਿੱਚ ਲੈ ਜਾਇਆ ਜਾਏਗਾ ਠੀਕ ਹੈ ਇਹ ਫਿਲਹਾਲ ਤੱਕ ਦੀ ਵੱਡੀ ਜਾਣਕਾਰੀ ਹੈ ਮੇਲ ਦੇ ਲਈ ਗੱਲ ਕਰਦੇ ਆ 100 ਮੀਟਰ ਦੀ ਰੇਸ ਹੋਏਗੀ ਅ ਇਲੀਜੀਬਿਲਟੀ 15 ਸੈਕਿੰਡਾਂ ਵਿੱਚ ਇੱਕ ਚਾਂਸ ਮਿਲੇਗਾ ਸ਼ਾਰਟ ਪੁੱਟ ਹੋਏਗਾ ਲਗਭਗ ਤੁਹਾਡੇ ਕੋਲ 16 ਰਾਊਂਡ ਹੋਣਗੇ ਜਿਦੇ ਚ ਕਿ ਤਕਰੀਬਨ ਤੁਹਾਨੂੰ ਇਹਦੇ ਚ 5.50 ਮੀਟਰ ਦੇ ਰੱਖਿਆ ਤਿੰਨ ਚਾਂਸ ਹੈ ਰੋਪ ਰੋਪ ਕਲਾਈਮਿੰਗ ਹੋਏਗਾ ਮਤਲਬ ਜੰਪ ਮਾਰਨਾ 15 ਫੁੱਟ ਤੁਹਾਨੂੰ ਦੇ ਰੱਖਿਆ ਹੈ ਠੀਕ ਹੈ ਰੋਪ ਕਲਾਈਮਿੰਗ ਹਾਂ ਰੋਪ ਕਲਾਈਮਿੰਗ ਦਾ ਦੇ ਰੱਖਿਆ ਤਿੰਨ ਚਾਂਸਾਂ ਚ 15 ਫੁੱਟ ਹੈ ਲੰਬਾ ਜਿਹੜਾ ਜੰਪ ਹੋਏਗਾ ਤੁਹਾਡਾ ਉਸ ਤੋਂ ਬਾਅਦ ਗੱਲ ਕਰਦੇ ਆ ਫਿਜ਼ੀਕਲ ਐਫੀਸ਼ੀਐਂਸੀ ਟ ਦੀ ਰੇਸ ਹੈ 18 18.5 ਸੈਕਿੰਡ ਦੇ ਰੱਖਿਆ ਹੈ ਸ਼ਾਰਟ ਪੁੱਟ ਦੇ ਰੱਖਿਆ ਤੁਹਾਨੂੰ 12 라ਉਂਡ ਦੇ ਰੱਖਿਆ ਹੈ 4 ਮੀਟਰ ਦੇ ਵਿੱਚ ਤਿੰਨ ਚਾਂਸ ਹੈ ਤੇ ਰੋਪ ਕਲਾਈਮਿੰਗ ਦਾ ਦੇ ਰੱਖਿਆ 12 ਫੁੱਟ ਹੈ ਰੋਪ ਕਲਾਈਮਿੰਗ ਸਮਝ ਪਾ ਰਹੇ ਹੋ ਨਾ ਕਿਸ ਤਰੀਕੇ ਨਾਲ ਹੁੰਦਾ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਅਸੀਂ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਫੋਰ ਦਾ ਮੇਲ ਮੇਲ ਐਕਸ ਸਰਵਿਸਮੈਨ ਉਹਨਾਂ ਦੀ ਵੀ ਸਾਰੀ ਜਾਣਕਾਰੀ ਦੇ ਰੱਖੀ ਹੈ ਤੇ ਪੂਰੀ ਪੂਰੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰ ਦਿੱਤੀ ਹੈ ਸਿਲੇਬਸ ਕੋਈ ਈਜੀ ਨਹੀਂ ਹੈ ਸਿਲੇਬਸ ਦਾ ਪੈਟਰਨ ਥੋੜਾ ਲੰਬਾ ਹੈ ਪਲੀਜ਼ ਜਿੰਨੇ ਵੀ ਸੁਪ ਚੰਨ ਤੱਕ ਚਾਹੁੰਦੇ ਨੇ ਜਿਨ੍ਹਾਂ ਦਾ ਡ੍ਰੀਮ ਹੈ ਜਿਹੜਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪੂਰੀ ਪੂਰੀ ਦੱਜ ਕੇ ਮਿਹਨਤ ਕਰਨੀ ਪਵੇਗੀ ਔਰ ਜੇ ਤੁਸੀਂ ਚਾਹੁੰਦੇ ਹੋ ਕੰਪਲੀਟ ਕਰਨਾ ਤਾਂ ਪਲੀਜ਼ ਅੱਜ ਹੀ ਗਿਲਜ ਮੈਂਟਰ ਦੀ ਐਪ ਡਾਊਨਲੋਡ ਕਰਕੇ ਫਟਾਫਟ ਤੁਸੀਂ ਕਰ ਸਕਦੇ ਹੋ ਪਲੱਸ ਟੈਸਟ ਸੀਰੀਜ਼ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੀ ਐਪ ਦੇ ਵਿੱਚ ਸਪੈਸ਼ਲ ਅਸੀਂ ਟੈਸਟ ਸੀਰੀਜ਼ ਵੀ ਲਾਂਚ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਤੁਸੀਂ ਆਪਣਾ ਬੇਸ਼ਕੀਮਤੀ ਸਮਾਂ ਦਿੱਤਾ ਮੈਂ ਇਸ ਕਰਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਾਂਗਾ ਮਿਲਦੇ ਆਪ